ਇਹਨਾਂ ਦੇ ਰਾਤੇ ਸਿਪਾਹੀ ਹੀ ਲੜ ਰਹੇ। ਔਰ ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ, ਉਹ ਯਾਰ ਜਿੱਥੇ ਤੁਹਾਡੇ ਐਮ ਐਲ ਏ ਦਾ ਕੋਈ ਮਾਨ ਸਨਮਾਨ ਹੈ ਨਹੀਂ, ਉੱਥੇ ਦੂਜੇ ਲੋਕਾਂ ਦਾ ਕੀ ਕਰੋਗੇ? ਆ ਜਿੱਦਣ ਕਾਗਜ਼ ਭਰਨੇ ਸੀ ਉਦਣ ਧੁੰਨ ਨੂੰ ਧੱਕੇ ਪਏ, ਆ ਜੀਰੇ ਵਾਲੇ ਨੂੰ ਧੱਕੇ ਪਏ, ਤੇ ਕੱਲ ਸੋਲ ਨੂੰ ਧੱਕੇ ਮਾਰ ਕੇ ਲਾਤਾ। ਤੇ ਯਾਰ ਤੁਸੀਂ ਧੱਕੇ ਖਾਣ ਨੂੰ ਰੱਖੇ ਹੋ, ਜਿਹਨਾਂ ਨੂੰ ਵੋਟਾਂ ਪਈਆਂ ਉਹਨਾਂ ਨੂੰ ਧੱਕੇ ਪੈਂਦੇ ਆ, ਤੇ ਤੁਹਾਡਾ ਮਾਨ ਸਨਮਾਨ ਕੀ ਕਰਨਗੇ ਬਈ? ਔਰ ਮੇਰੀ ਇੱਕ ਬੇਨਤੀ ਹੈ, ਤਕੜੇ ਹੋ ਜਾਓ, ਵੋਟਾਂ ਪਾਓ। ਮੈਨੂੰ ਕਿਸੇ ਲੀਡਰ ਦੀ ਗਰੰਟੀ ਨਹੀਂ, ਪਰ ਕੁਲਵੀਰ ਸਿੰਘ ਜੀਰੇ ਦਾ ਵਾਅਦਾ ਹੈ ਤੁਹਾਡੇ ਨਾਲ। ਆ ਕਈ ਕਹਿ ਦਿੰਦੇ ਜੀ ਐਮ ਪੀ ਵੋਟਾਂ ਲੈ ਕੇ ਆਉਂਦੇ ਨਹੀਂ, ਉਹ ਬਈ ਉਹਨਾਂ ਨੇ ਪੰਜਾਬ ਦੀ ਸਿਆਸਤ ਕਰਨੀ ਹੈ। ਕਈ ਕਹਿੰਦਾ ਮੈਂ ਇੱਕ ਸਨਿਓਰਟੀ ਬਣਾਉਣੀ ਆ ਕਿ ਮੈਂ ਐਮ ਪੀ ਵੀ ਰਿਹਾ, ਪਰ ਕੁਲਵੀਰ ਸਿੰਘ ਜੀਰੇ ਨੇ ਸੇਵਾ ਕਰਨੀ ਆ। ਮੈਂ 42 ਸਾਲਾਂ ਦਾ ਅਜੇ, ਤੇ ਜੇ 80 ਸਾਲਾਂ ਦਾ ਜੀ ਕਰਦਾ ਮੈਂ ਇੱਕ ਹੋਰ ਬਣਾ, ਤੇ ਚੇਅਰਮੈਨ ਸਾਹਿਬ ਮੈਂ ਅਜੇ 4 ਇਲੈਕਸ਼ਨ ਹੋਰ ਲੜਨੇ ਆ, 4 ਅਜੇ ਲੰਮੇ ਬੰਦੇ ਨੂੰ ਤਾਂ ਕਦੇ ਕੋਪ ਪੈ ਜੂ, ਮੇਰੇ ਵਰਗੇ ਨੂੰ ਤਾਂ ਕੋਪ ਵੀ ਨਹੀਂ ਪੈਂਦਾ ਗਾ, ਇਸ ਕਰਕੇ ਤਕੜੇ ਹੋ ਜਾਓ। ਆ ਵਿਰਸਾ ਵਲਟੋਵਾ ਕਹਿੰਦਾ ਇਹਦਾ ਕਦ ਨਿੱਕਾ, ਮੈਂ ਕਿਹਾ ਟਾਵਰ ਨਿੱਕਾ ਪੁੱਤਰ, ਰੇਂਜ ਬੜੀ ਆ, ਚਾਹੇ ਕੇਰਲਾ ਚ ਵਰਤ ਕੇ ਦੇਖ ਲੂ। ਮੈਂ ਕਿਹਾ 4 ਨੂੰ ਚੀਕਾਂ ਕਢਾ ਲੂ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਤਕੜੇ ਹੋ ਜੂ। ਆ ਇੱਕ ਨਵਾਂ ਆਇਆ, ਉਹ ਕਹਿੰਦਾ ਮੈਂ ਪੰਥਕ ਆ, ਮੇਰੀਆਂ 4 ਪੀੜੀਆਂ ਪੰਥਕ ਆ, ਮੈਂ ਨੀ ਕਿਤੇ ਕਿਹਾ ਮੈਂ ਪੰਥਕ ਆ, ਪਰ ਉਹ ਦੱਸਿਆ ਪੰਥਕ ਨਹੀਂ ਹੁੰਦਾ, ਲੋਕਾਂ ਨੂੰ ਪਤਾ ਹੁੰਦਾ। ਔਰ ਮੈਨੂੰ ਇੱਕ ਗੱਲ ਦੱਸੋ, ਆ ਨੌਜਵਾਨ ਉਹਨਾਂ ਹੀ ਤੇਰੀ ਗੱਲ ਕਰਦਾ ਦਮਾਲੇ ਵਾਲਾ, ਇਹ ਮੁੰਡਾ ਇਹਦੇ ਨਾਲ ਦੇ ਮੁੰਡੇ ਕਹਿੰਦੇ ਅਸੀਂ ਪੰਥਕ ਆ, ਇਹ ਗੁਰੂ ਦਾ ਸਿੱਖ ਬਣਨਾ ਚਾਹੁੰਦਾ, ਜਦੋਂ ਸਿੱਖ ਬਣੂਗਾ ਅੰਮ੍ਰਿਤਧਾਰੀ ਹੋਊਗਾ ਉਦੋਂ ਬਾਅਦ ਇਹ ਖਾਲਸਾ ਬਣੂਗਾ। ਇੱਥੇ ਇਹੋ ਜਿਹੇ ਪੰਥਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਪੰਥਕ ਆ। ਔਰ ਤੁਹਾਡੇ ਸਰਪੰਚਾਂ ਦੇ ਕਿੰਨਿਆਂ ਦੇ ਪਰਚੇ ਹੋਏ? ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲੈ ਕੇ ਗਿਆ? ਕੋਈ ਲੈ ਕੇ ਗਿਆ ਤੇ ਦੱਸ ਦਿਓ। ਆ ਪਹਿਲੀ ਵਾਰ ਇਹਨਾਂ ਲੀਡਰਾਂ ਨੇ ਠੇਕਾ ਲੈ ਲਿਆ ਕਿ ਅਸੀਂ ਗੁਰੂ ਦੇ ਨਾਂ ਦੇ ਵੋਟਾਂ ਲੈਣੀਆਂ ਨੇ। ਅੱਜ ਰਿਜ਼ਲਟ ਵੇਖ ਲਓ ਬਾਦਲ ਪਰਿਵਾਰ ਦਾ, ਵੋਟਾਂ ਲੈਣ ਲਈ ਬੇਅਦਬੀ ਕਰਾਈ, ਸੱਚੇ ਸੌਦੇ ਵਾਲੇ ਤੋਂ ਵੋਟਾਂ ਲੈਣ ਲਈ ਬੇਅਦਬੀ ਕਰਾਈ। ਉਹ ਹਰਸਿਮਰਤ ਜਿਹੜੀ ਕਹਿੰਦੀ ਸੀ ਗੁਰ ਸਾਹਿਬ ਕਹਿੰਦੀ, ਜੇ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਵੇ। ਅੱਜ ਵੇਖ ਲਓ ਕੱਖ ਨਹੀਂ ਰਿਹਾ, ਭੈਣ ਭਰਵਈਆ ਵੀ ਛੱਡ ਗਏ, ਕੱਖ ਨਹੀਂ ਰਿਹਾ। ਜਮਾਨਤ ਜ਼ਬਤ ਹੋਣੀਆਂ ਬਠਿੰਡੇ ਤੋਂ। ਆ ਉਦੋਂ ਬਾਅਦ ਕੈਪਟਨ ਇਹਨੇ ਗੁਟਕਾ ਸਾਹਿਬ ਫੜ ਕੇ ਝੂਠੀ ਸੌਂ ਖਾਧੀ, ਅੱਜ ਉਹਦਾ ਵੀ ਕੱਖ ਨਹੀਂ ਰਿਹਾ, ਆਪਦੀ ਜਮਾਨਤ ਜ਼ਬਤ ਹੋਈ, ਗਾਹ ਹੁਣ ਘਰ ਵਾਲੀ ਦੀ ਜ਼ਬਤ ਹੋਣੀ। ਬਾਈ ਟਾਈਮ ਘੱਟ ਆ, ਜਾਣਾ ਹੈ, ਮੁੱਕ ਦੀ ਗੱਲ ਇਹ ਆ ਕਿ ਵੋਟਾਂ ਪਾਉਣੀਆਂ ਨੇ। ਜੇ ਤਾਂ ਮੇਰੀਆਂ ਗੱਲਾਂ ਲੱਗੀਆਂ ਚੰਗੀਆਂ ਤੇ ਹੱਥ ਖੜੇ ਕਰ ਦਿਓ ਕਿ ਬਾਈ ਪਾਵਾਂਗੇ ਤੇ ਪਵਾਵਾਂਗੇ। ਪ੍ਰੋਗਰਾਮ ਰੱਖਣਾ ਆਪਾਂ, ਰੋਟੀ ਉੱਥੇ ਖਾਵਾਂਗੇ, ਕਿਉਂਕਿ ਇੰਨਾ ਮਾਣ ਤਾਣ ਹੁੰਦਾ। ਔਰ ਇਹ ਪਰਿਵਾਰ ਖੜਨ ਵਾਲਾ, ਔਰ ਮੈਂ ਪਹਿਲੇ ਇਨਸਾਨ ਵੇਖੇ ਆ ਅੱਜ ਤੱਕ ਜਿੰਨੇ ਲੀਡਰ ਵੇਖੇ ਆ, ਉਹ ਕਹਿੰਦੇ ਜੋ ਕੀਤਾ ਮੈਂ ਕੀਤਾ, ਉਹ ਆਪਦੇ ਨੰਬਰ ਬਣਾਉਂਦੇ ਆ। ਠੀਕ ਹੈ, ਇਹ ਪਹਿਲੇ ਸਰਦਾਰ ਲਖਵੀਰ ਸਿੰਘ ਜੀ ਨੇ, ਇਹਨਾਂ ਦੇ ਨਾਂ ਦੇ ਤਾੜੀਆਂ ਮਾਰੋ ਜਿਹਨਾਂ ਨੇ ਕਿਹਾ ਕਿ ਮੈਂ ਇਹਨਾਂ ਕਰਕੇ। ਔਰ ਵਾਕਈ
ਜਿੱਦਣ ਹਰ ਬੰਦਾ ਜਿੱਦਣ ਹਰ ਲੀਡਰ ਇਹ ਸੋਚਣ ਲੱਗ ਪਿਆ ਕਿ ਵਰਕਰ ਕਰਕੇ ਮੈਂ ਹਾਂ ਅਤੇ ਇਹਨਾਂ ਕਰਕੇ ਕਾਂਗਰਸ ਆ, ਉਦਣ ਕਾਂਗਰਸ ਪਾਰਟੀ ਕਦੀ ਮਰਦੀ ਨਹੀਂ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਵੱਡਾ ਭੁਲੇਖਾ ਸੀ, ਉਹ ਕਹਿੰਦਾ ਕਾਂਗਰਸ ਮੇਰੇ ਕਰਕੇ ਆ, ਮੇਰੇ ਕਰਕੇ ਆ। ਅੱਜ ਜਿੱਦਣ ਦਾ ਗਿਆ ਝੂਠੀ ਸਹੁੰ ਖਾ ਕੇ, ਆ ਬੀਜੇਪੀ 'ਚ ਰਲ ਗਿਆ, ਜਮਾਨਤ ਜ਼ਬਤ ਹੋਈ ਆ, ਗਾਂ ਘਰ ਵਾਲੀ ਨਹੀਂ ਲਿਆਉਣੀ ਹੈ। ਵੇਖ ਲਓ ਕਾਂਗਰਸ ਇਹਨਾਂ ਲੋਕਾਂ ਨਾਲ ਆ ਜਿਹੜੀ ਧੁੱਪ 'ਚ ਵਾਲੋ ਸੜਕ 'ਤੇ ਵਾਲੋ ਬਹਿਣ ਨੂੰ ਤਿਆਰ ਆ, ਕਾਂਗਰਸ ਉਹਨਾਂ ਨਾਲ ਨਹੀਂ ਜਿਹੜੇ ਏਸੀਆਂ 'ਚ ਬਹਿੰਦੇ। 300 ਰੁਪਈਆ ਦੇ ਕੇ ਬੰਦੇ ਇਕੱਠੇ ਕੀਤੇ ਆ, ਜਾਂ ਆਮ ਆਦਮੀ ਪਾਰਟੀ ਦਾ ਜਿਹੜਾ ਗੁਬਾਰਾ ਸੀ ਉਹਦੀ ਫੂਕ ਨਿਕਲ ਚੁੱਕੀ ਹੈ। ਔਰ ਹਮੇਸ਼ਾ ਹੀ ਮੈਂ ਵੇਖਿਆ, ਮੈਂ ਤਾਂ MLA ਨੂੰ ਕਹਿੰਦਾ ਯਾਰ ਚੁੱਪ ਕਰਕੇ ਘਰੇ ਬਹਿ ਜਾਓ, ਕਿਉਂ ਬੇਇੱਜ਼ਤੀ ਕਰਾਉਂਦੇ ਹੋ? ਪਹਿਲਾਂ ਉਸ ਦਿਨ ਧੁੰਦ ਸਾਹਿਬ ਨੇ ਅਤੇ ਨਰੇਸ਼ ਕਟਾਰੀਆ ਨੇ ਬੇਇੱਜ਼ਤੀ ਕਰਾਈ, ਉਹਨਾਂ ਨੇ ਹੌਲਦਾਰ ਨੇ ਨਹੀਂ ਅੰਦਰ ਵੜਨ ਦਿੱਤਾ। ਕੱਲ੍ਹ ਇੱਕ ਮੈਂ ਵੀਡੀਓ ਵੇਖੀ ਹੈ ਜਿਹਦੇ 'ਚ ਉਹ ਧੱਕ ਕੇ ਜਿਹੜਾ ਹੈ ਕਿ ਜਿਹੜਾ ਤਰਨ ਤਾਰਨ ਸਾਹਿਬ ਦਾ MLA ਆ ਉਹਨੂੰ ਥੱਲੇ ਲਾਇਆ ਗਿਆ। ਔਰ ਮੈਂ ਕਹਿੰਦਾ ਕਿ ਇਹੋ ਜਿਹੇ, ਇਹ ਕਹਿੰਦੇ ਸੀ ਮਾਣ ਸਨਮਾਨ ਕਰਾਂਗੇ, ਇਹਨਾਂ ਤੋਂ ਆਪਦਿਆਂ ਦਾ ਮਾਣ ਸਨਮਾਨ ਨਹੀਂ ਬਾਹਰ ਰੱਖਿਆ ਜਾਂਦਾ, ਇਹ ਲੋਕਾਂ ਦਾ ਕੀ ਮਾਣ ਸਨਮਾਨ ਕਰਨਗੇ? ਇਸ ਕਰਕੇ ਲੋਕ ਬਹੁਤ ਸਿਆਣੇ ਹੋ ਗਏ। ਅੱਜ ਤੁਸੀਂ ਵੇਖ ਰਹੇ ਹੋ ਕਿ ਮੈਂ ਤੀਜੇ ਫੰਕਸ਼ਨ 'ਤੇ ਹਾਂ, ਲੋਕ ਵੀਰਾਂ ਘੱਤ ਕੇ ਜਿਹੜੇ ਉਹ ਕਾਂਗਰਸ ਦੇ ਨਾਲ ਤੁਰ ਪਏ। ਇੱਕ ਅਕਾਲੀ ਦਲ ਨੇ ਆਪਣਾ ਜਿਹੜਾ ਉਹਨਾਂ ਦਾ ਸੀਨੀਅਰ ਲੀਡਰ ਸੀਗਾ, ਰਿਸ਼ਤੇਦਾਰੀ ਵੀ ਸੀਗੀ, ਉਹਨੂੰ ਪਾਰਟੀ 'ਚੋਂ ਬਰਖਾਸਤ ਕਰਤਾ, ਕੀ ਕਹਿੰਦੇ? ਗੱਲ ਇਹ ਆ ਕਿ ਅੱਗੇ ਜਿਹੜੀ ਯਾਤਰਾ ਸੀ ਉਹ ਪਰਿਵਾਰ ਬਚਾਓ ਸੀ, ਇਸ ਕਰਕੇ ਜਦੋਂ ਪਰਿਵਾਰ ਇਕੱਠਾ ਨਾ ਹੋਵੇ, ਜਿਹੜੇ ਘਰ ਦੇ ਵਿੱਚ ਏਕਾ ਨਾ ਹੋਵੇ, ਉਹ ਘਰ ਕਦੀ ਤਰੱਕੀ ਨਹੀਂ ਕਰਦਾ। ਉਹ ਜਿਹੜਾ ਹਰਸਿਮਰਤ ਕੌਰ ਜੀ ਨੇ ਕਿਹਾ ਸੀਗਾ ਕਿ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਹੇ, ਇਹ ਉਹ ਹੀ ਰਿਜ਼ਲਟ ਹੈ। ਬਾਬਾ ਹੀ ਕਰਦਾ ਪਿਆ ਜੋ ਕਰਦਾ ਪਿਆ। ਜਿਹਨੇ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਗੁਟਕਾ ਸਾਹਿਬ ਦਾ ਸਹਾਰਾ ਲਿਆ, ਚਾਹੇ ਕੈਪਟਨ ਸਾਹਿਬ ਵੱਲ ਵੇਖ ਲਓ, ਅੱਜ ਉੱਧਰ ਵੀ ਪਰਿਵਾਰ ਖਤਮ ਹੋਣ ਜਾ ਰਿਹਾ। ਆਪਦੀ ਜਮਾਨਤ ਹੋਈ ਹੈ, ਅਗਾਂਹ ਹੁਣ ਮੈਡਮ ਦੀ ਹੋ ਰਹੀ ਆ, ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਪੰਥ ਵਾਲੇ ਚੱਲੇ ਨੇ, ਇਹ ਜਿਹੜੇ ਪਾਲਕੀ ਸਾਹਿਬ ਵੀ ਥਾਣੇ ਲੈ ਗਏ, ਸਾਰਾ ਕੁਛ ਇੱਥੇ ਹੀ ਆ, ਲੈਣੀਆਂ ਦੇਣੀਆਂ ਕਿਤੇ ਨਹੀਂ, ਲੇਖਾ ਜੋਖਾ ਇੱਥੇ ਹੀ ਹੋਣਾ। ਕੀ ਲੱਗਦਾ ਅਕਾਲੀ ਦਲ ਦਾ ਕਿਹੋ ਜਿਹਾ ਹੋਏ ਰੋਣ ਵਾਲਾ ਮਾਹੌਲ? ਮਾਹੌਲ ਕੀ ਹੈ ਯਾਰ, ਇੱਕ ਭਾਈਆ ਨਹੀਂ ਉਹਨਾਂ ਤੋਂ ਤੋਰਿਆ ਗਿਆ, ਤਾਂ ਗਾਂਹ ਕਿਸੇ ਨੂੰ ਕੀ ਤੋਰਨੇ? ਐਂ ਕਮਲੇ ਬੰਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਪ੍ਰੋਗਰਾਮ ਆ, ਇਹ ਇਕੱਠ ਆ ਜਿਹੜਾ, ਇਹ ਸਾਡੇ ਸਮੁੱਚੇ ਪੰਜਵੜ ਦੀ ਬੁਰਜ ਦੇ ਸਾਰੇ ਸਾਡੇ ਇਲਾਕੇ ਦੇ ਭੈਣ ਭਰਾਵਾਂ ਦਾ ਇਕੱਠ ਆ। ਅਸੀਂ ਰਾਣਾ ਸਾਹਿਬ ਦੇ ਆਦੇਸ਼ਾਂ ਅਨੁਸਾਰ, ਰਾਣਾ ਸਾਹਿਬ ਜੀ ਦਾ ਆਦੇਸ਼ ਆਇਆ ਵੀ ਬੇਟਾ ਤਗੜੇ ਹੋ ਕੇ ਆਪਾਂ ਜੀਰਾ ਸਾਹਿਬ ਦੀ ਮਦਦ ਕਰਨੀ ਆ। ਰਾਣਾ ਸਾਹਿਬ ਦੇ ਕਹਿਣ ਦੇ ਅਨੁਸਾਰ ਅਸੀਂ ਜੀਰਾ ਸਾਹਿਬ ਦੀ ਇਕੱਠ ਜਿਹੜਾ ਇਹ ਸਮੁੱਚੇ ਸਾਡੇ ਨਗਰ ਦਾ, ਬੈਕਾਂ ਦਾ, ਸਾਡੇ ਪਿੰਡ ਦਾ ਇਹ ਸਾਰਾ ਇਕੱਠ ਆ। ਅਸੀਂ ਰਾਣਾ ਸਾਹਿਬ ਨੂੰ, ਜੀਰਾ ਸਾਹਿਬ ਨੂੰ, ਸਮੁੱਚੀ ਕਾਂਗਰਸ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਜੀਰਾ ਸਾਹਿਬ ਨੂੰ ਤਗੜੀ ਲੀਡ ਦੇ ਨਾਲ ਇਹਨਾਂ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਭੇਜਾਂਗੇ। ਤੁਸੀਂ ਬਾਕੀ ਸਾਰੀ ਸੰਗਤ ਦਾ ਇਕੱਠ ਵੇਖ ਹੀ ਲਿਆ, ਇਹ ਸਾਰਾ ਪਿਆਰ ਦਾ ਸਦਕਾ ਸਾਡੇ ਇਲਾਕੇ ਦਾ, ਸਾਰਾ ਇਹ ਸਮੁੱਚੇ ਪਿੰਡ ਦਾ ਇਕੱਠ ਹੀ ਜੀ। ਜਿਹੜੀ ਨਵੀਂ ਪਾਰਟੀ ਸੀ, ਤੁਹਾਨੂੰ ਲੱਗਦਾ ਲੋਕ ਉਹ ਤੋਂ ਪਛਾਣ? ਵੇਖੋ ਜੀ, ਜਿਹੜੀਆਂ ਨਵੀਆਂ ਪਾਰਟੀਆਂ, ਹਰ ਇੱਕ ਨੂੰ ਖਲੋਣ ਦਾ ਆਪਣਾ ਹੱਕ ਆ, ਇਹ ਮਤਦਾਨ ਕਰਨਾ ਜੀ, ਹਰ ਇੱਕ ਨੇ ਆਪਣੀ ਅਕਲ ਦਾ ਦਾਨ ਕਰਨਾ ਹੈ। ਇਹ ਜਿਹੜੇ ਲੋਕ ਆ, ਇਹ ਪੰਜਵੜ ਪਿੰਡ ਆ, ਇਹ ਜੱਦੀ ਪੁਰਛੀ ਕਾਂਗਰਸ ਆ ਜੀ, ਇੱਥੋਂ ਸਰਦਾਰ ਗੁਰਦਿਆਲ ਸਿੰਘ ਢਿੱਲੋਂ, ਇਹ ਸਾਰਾ ਜਿਹੜਾ ਇਲਾਕਾ ਇਹ ਕਾਂਗਰਸੀ ਆ, ਇਹ ਬੜੀ ਸੂਝਬੂਝ ਦੇ ਨਾਲ ਇਹ ਸਾਰੇ ਆਪਣੀ ਮਤ ਦਾ ਦਾਨ ਕਰਨਗੇ। ਪ੍ਰੋਗਰਾਮ ਹੈ ਜੀ ਰਾਣੇ ਗੁਰਜੀਤ ਦੇ ਦਿਸ਼ਾ ਨਿਰਦੇਸ਼ਾਂ 'ਤੇ, ਪਿੰਡ ਬੁਜਵੜ, ਪਿੰਡ ਬੁਰਜ 195 ਅਤੇ ਪਿੰਡ ਪੰਜਵੜ ਦੀ ਸਮੁੱਚੀ ਜਿਹੜੀ ਆ ਨਗਰ ਨਿਵਾਸੀਆਂ ਨੇ ਰਲ ਕੇ ਇੱਥੇ ਚੇਅਰਮੈਨ ਸਰਦਾਰ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਇਹ ਹੋਇਆ ਵਾ। ਔਰ ਸਰਦਾਰ ਤਨਵੀਰ ਸਿੰਘ ਜੀਰਾ ਜੋ ਕਾਂਗਰਸ ਪਾਰਟੀ ਵੱਲੋਂ MP ਖੜ੍ਹੇ ਆ, ਉਹਨਾਂ ਨੂੰ ਜਿਤਾਉਣ ਵਾਸਤੇ ਭਾਰੀ ਬਹੁਮਤ ਨਾਲ ਵੱਡਾ ਇਕੱਠ ਜਿਹੜਾ ਇਸ ਧਰਤੀ 'ਤੇ ਹੋਇਆ। ਆਪਣੇ ਜਿਹੜੇ ਪਿੰਡਾਂ ਵਿੱਚ ਕਿਸ ਤਰ੍ਹਾਂ ਜੋਗ ਲੱਗਦਾ ਕਾਂਗਰਸ ਦਾ ਜਾਂ ਦੂਜੀ ਪਾਰਟੀ? ਜਿਹੜੀਆਂ ਦੂਸਰੀਆਂ ਪਾਰਟੀਆਂ ਜੀ
ਉਹਦੇ ਉਹਨਾਂ ਨੇ ਆਪਣੇ ਮੂੰਹੋਂ ਇਹ ਕਿਹਾ ਸੀ ਕਿ ਸਾਡਾ ਬੇੜਾ ਗਰਕ ਹੋ ਜਾਵੇ ਅਕਾਲੀ ਦਲ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ 'ਤੇ ਜਿੱਥੇ ਲੋਕ ਜਾ ਕੇ ਬੜਾ ਦਾਤਾਂ ਮੰਗਦੇ ਆ, ਬੜੀਆਂ ਸੋਹਣੀਆਂ ਦੁਆਵਾਂ ਮੰਗਦੇ ਆ, ਉਸ ਧਰਤੀ 'ਤੇ ਜਾ ਕੇ ਜੋ ਉਹਨਾਂ ਨੇ ਆਖਿਆ ਸੀ ਉਹ ਉਹਨਾਂ ਦਾ ਪੂਰਾ ਹੋਇਆ, ਔਰ ਜੋ ਹਸ਼ਰ ਆਮ ਪਾਰਟੀ ਦਾ ਹੋ ਰਿਹਾ ਉਹ ਤੁਹਾਨੂੰ ਦਿਸਦਾ ਥਾਂ ਥਾਂ 'ਤੇ ਉਹ ਘਰਾਓ ਹੋ ਰਹੇ ਨੇ। ਦੂਸਰੀ ਗੱਲ ਇਹ ਆ ਜੀ, ਲੋਕ ਜਿਹੜੇ ਆ ਕਾਂਗਰਸ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਆ ਔਰ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਾਉਣਾ ਚਾਹੁੰਦੇ ਆ ਔਰ ਉਹਨਾਂ ਦੇ MP 'ਚ ਪਹੁੰਚੀ। ਓਕੇ।